ਧੂਣੀ ਤੇ ਅੱਗ ਸੇਕਦੇ ਸਮੇਂ ਪੈ ਗਿਆ ਗਾ, ਕਿਸੇ ਦਾ ਭੰਨਿਆ ਸਿਰ, ਕਿਸੇ ਦੀ ਸਜਾਈ ਅੱਖ। ਮੁਹੱਲੇ ਵਿੱਚ ਅਚਾਨਕ ਚੱਲ ਪਏ ਇੱਟਾਂ ਪੱਥਰ। ਦੱਸਦੀ ਕਿ ਗਲੀ ਦੇ ਵਿੱਚ ਅੱਗ ਸੇਕ ਰਹੇ ਲੋਕਾਂ ਦੇ ਵਿੱਚ ਅਚਾਨਕ ਇੱਟਾਂ ਰੋੜੇ ਚੱਲ ਪੈਂਦੇ ਨੇ। ਇਸ ਦੇ ਵਿੱਚ ਕਿਸੇ ਦੇ ਸਿਰ ਤੇ ਸੱਟਾਂ ਲੱਗਦੀਆਂ ਨੇ ਤਾਂ ਕਿਸੇ ਦੀ ਅੱਖ ਭੰਨੀ ਜਾਂਦੀ ਹੈ, ਜਿਸ ਤੋਂ ਬਾਅਦ ਇਹਨਾਂ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਜਾਂਦਾ। ਤਾਂ ਦੱਸਦੀ ਕਿ ਮੌਕੇ ਦੀ CCTV ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਹਮਲਾ ਕਰਦੇ ਸਾਫ ਨਜ਼ਰ ਆ ਰਹੇ ਨੇ, ਇੱਟਾਂ ਰੋੜੇ ਚੱਲਦੇ ਦਿਖ ਰਹੇ ਨੇ। ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਦੀ ਟੀਮ ਪਹੁੰਚਦੀ ਹੈ ਤੇ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਤਾਂ ਦੱਸਦੀ ਹੈ ਕਿ ਪੂਰਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ, ਜਿੱਥੇ ਕਲੋਨੀ ਦੇ ਵਿੱਚ ਕੁਝ ਬਦਮਾਸ਼ ਵਿਅਕਤੀਆਂ ਵੱਲੋਂ ਪਰਿਵਾਰ ਸਣੇ ਮੁਹੱਲੇ ਦੇ ਲੋਕਾਂ ਉੱਤੇ ਹਮਲਾ ਕੀਤਾ ਗਿਆ। ਇਸ ਸੰਬੰਧੀ ਮਹਿਲਾ ਨੇ ਦੱਸਿਆ ਕਿ ਹਮਲਾਵਰ ਨਸ਼ੇ ਦੇ ਵਿੱਚ ਧੁੱਤ ਸੀ ਤੇ ਉਹਨਾਂ ਨੇ ਇੱਟਾਂ ਦੇ ਨਾਲ ਹਮਲਾ ਕੀਤਾ। ਇੱਥੋਂ ਤੱਕ ਕਿ ਪੁਲਿਸ ਨੂੰ ਵੀ ਉਹਨਾਂ ਨੂੰ ਫੜਨ ਦੇ ਲਈ ਵੱਧ ਫੋਰਸ ਮੰਗਾਉਣੀ ਪਈ। ਪੀੜਿਤਾ ਦਾ ਇਹ ਵੀ ਬਿਆਨ ਹੈ ਕਿ ਹਮਲਾਵਰ ਸਾਬੀ ਅਤੇ ਉਸਦੇ ਸਾਥੀ ਗਲੀ ਦੇ ਵਿੱਚ ਆਏ ਦਿਨ ਹੰਗਾਮਾ ਕਰਦੇ ਰਹਿੰਦੇ ਨੇ, ਜਿਸ ਕਰਕੇ ਲੋਕਾਂ ਦਾ ਜੀਣਾ ਮੁਸ਼ਕਿਲ ਹੋ ਗਿਆ ਤੇ ਅੱਜ ਵੀ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਉਹਨਾਂ ਵੱਲੋਂ ਘਰ ਤੇ ਹਮਲਾ ਕੀਤਾ ਗਿਆ ਅਤੇ ਇੱਟਾਂ ਮਾਰੀਆਂ ਗਈਆਂ। ਜਦੋਂ ਮੌਕੇ ਤੇ ਮੁਹੱਲੇ ਵਾਲੇ ਲੋਕਾਂ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਵੱਲੋਂ ਮੁਹੱਲੇ ਦੇ ਲੋਕਾਂ ਨੂੰ ਵੀ ਨਿਸ਼ਾਨਾ ਬਣਾਉਂਦੇ ਹੋਏ ਹਮਲਾ ਕਰ ਦਿੱਤਾ ਗਿਆ। ਇੱਥੋਂ ਤੱਕ ਕਿ ਕੁਝ ਨੌਜਵਾਨਾਂ ਨੂੰ ਤਾਂ ਘਰ ਦੇ ਅੰਦਰ ਘਸੀਟ ਕੇ ਵੀ ਕੁੱਟਿਆ ਗਿਆ, ਜਿਨ੍ਹਾਂ ਨੂੰ ਬੜੀ ਮੁਸ਼ਕਿਲ ਦੇ ਨਾਲ ਆਪਣੀ ਜਾਨ ਬਚਾਉਣੀ ਪਈ। ਤਾਂ ਲੋਕਾਂ ਦਾ ਆਰੋਪ ਇਹ ਵੀ ਹੈ ਕਿ ਮੌਕੇ ਤੇ ਪੁਲਿਸ ਦੀ ਟੀਮ ਪਹੁੰਚੀ ਸੀ ਪਰ ਇਹਨਾਂ ਨੂੰ ਫੜਨ ਦੇ ਲਈ ਉਹਨਾਂ ਨੂੰ ਵੱਧ ਫੋਰਸ ਮੰਗਾਉਣੀ ਪਈ, ਪਰ ਫਿਰ ਵੀ ਉਹ ਹਮਲਾਵਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਜਦਕਿ ਜਾਂਚ ਅਧਿਕਾਰੀ ਨੇ ਦੱਸਿਆ ਕਿ ਪੀੜਿਤ ਮਹਿਲਾ ਦਾ ਚੈੱਕਅਪ ਕਰਵਾਇਆ ਜਾ ਰਿਹਾ ਤੇ ਦੂਜਾ ਪੱਖ ਵੀ ਹਸਪਤਾਲ ਦੇ ਵਿੱਚ ਆਪਣਾ ਮੈਡੀਕਲ ਕਰਵਾਉਣ ਆਇਆ ਤੇ ਜਾਂਚ ਦੇ ਦੌਰਾਨ ਬਣਦੀ ਕਾਰਵਾਈ ਕੀਤੀ ਜਾਵੇਗੀ। ਹਾਂਜੀ ਮਾਤਾ, ਕੀ ਨਾਮ ਤੁਹਾਡਾ ਜੀ? ਰੀਤਾ। ਮਾਤਾ, ਕੀ ਗੱਲ ਹੋਈ ਅੱਜ ਸੱਟ ਲੱਗੀ ਤੁਸੀਂ ਸਿਵਲ ਆਏ ਹੋ? ਸਰ ਕੁਛ ਵੀ ਨਹੀਂ ਹੋਇਆ, ਤਾਂ ਮਕਾਨ ਮਾਲਕ ਸੇ ਲੜਾਈ ਹੋ ਰਹਾ ਥਾ, ਤਾਂ ਹਮ ਸਭ ਸਾ ਮਿਲ ਕੇ ਛੁਡਾਨੇ ਕੇ ਲਈ ਗਏ ਥੇ, ਤਾਂ ਇਸੀ ਮੈਂ ਇੱਟਾਂ ਮਾਰ ਦਿਆ। ਕਿਆ ਕਿਸ ਬਾਤ ਕੋ ਲੇਕਰ ਲੜਾਈ ਹੋਈ ਥੀ? ਐਸੇ ਲੜਾਈ ਹੋਈ, ਐਸੇ ਗਾਲੀ ਦੇਣੇ ਲੱਗ ਗਿਆ ਆ ਕੇ। ਸਹੀ, ਕਹਾਂ ਕੇ ਰਹਿਣੇ ਵਾਲੇ ਹੋ? ਬਾਬਾ ਨਾਮਦੇਵ ਕਲੋਨੀ ਕੇ। ਅੱਛਾ ਜੀ, ਤੋ ਕਿੰਨੇ ਵਜੇ ਇਹ ਲੜਾਈ ਹੋਈ ਹੈ? 8 ਵਜੇ ਹੋਈ ਹੈ। ਅੱਛਾ, ਤੋ ਅਭੀ ਕਿਆ ਚੋਟ ਲੱਗੀ ਆਪਕੇ, ਕਿਆ ਮਾਰਾ ਆਪਕੇ? ਇੱਟ ਮਾਰਾ ਹੈ। ਅੱਛਾ ਜੀ, ਕੀ ਨਾਮ ਹੈ ਬਈ? ਰਵਿੰਦਰ ਕੁਮਾਰ। ਕਿਹੜੀ ਜਗ੍ਹਾ ਤੋਂ ਆਏ ਹੋ? ਬਾਬਾ ਨਾਮਦੇਵ ਕਲੋਨੀ 2 ਨੰਬਰ ਗਲੀ। ਕੀ ਮਾਮਲਾ ਕੀ ਹੋਇਆ ਅੱਜ ਤੁਹਾਡੇ? ਪਰ ਸਾਨੂੰ ਕੁਛ ਵੀ ਨਹੀਂ ਪਤਾ, ਸਾਨੂੰ ਗਾਲਾਂ ਕੱਢ ਰਿਹਾ ਸੀ, ਵੱਟਾ ਮਾਰਨੇ ਲਗਾ। ਅੱਛਾ ਜੀ। ਹਾਂ, ਮੇਰੇ ਕੋਲ ਇਹੀ ਨਹੀਂ ਪਤਾ ਅਭੀ ਤੱਕ ਝਗੜਾ ਕਿਸ ਬਾਤ ਕਾ। ਅੱਛਾ, ਮਾਮਲਾ ਹੀ ਨਹੀਂ ਪਤਾ? ਕੁਛ ਨਹੀਂ ਪਤਾ ਜੀ। ਕੌਣ ਸੀਗਾ ਜਿੰਨਾ ਵੱਲੋਂ ਅੱਜ ਲੜਾਈ ਝਗੜਾ? ਲੜਾਈ ਝਗੜੇ ਮੇਂ ਥਾ ਸਾਬੀਰ, ਉਸਕੀ ਘਰਵਾਲੀ ਔਰ ਮੱਦੀ, ਇੰਦਰ, ਆਸ਼ਿਫ, ਚਾਰ ਬੰਦੇ। ਜਦੋਂ ਲੜਾਈ ਝਗੜਾ ਹੋਇਆ ਵਾ, ਮੌਕੇ ਤੇ ਪ੍ਰਸ਼ਾਸਨ ਨੇ ਸਲਾਹ ਕੀਤੀ? ਹਾਂਜੀ ਹਾਂਜੀ ਕੀਤੀ। ਮੌਕੇ ਤੇ ਪ੍ਰਸ਼ਾਸਨ ਆਇਆ? ਆਇਆ ਜੀ। ਕੀ ਕਾਰਵਾਈ ਕੀਤੀ ਉਹਨਾਂ ਨੇ? ਕਾਰਵਾਈ ਉਹਨਾਂ ਨੇ, ਉਹ ਵੀ ਪਿੱਛੇ ਹੋ ਗਏ ਜੇ ਬੱਟਾ ਚੱਲ ਰਿਹਾ ਥਾ। ਅੱਛਾ ਜੀ ਹਾਂਜੀ। ਜਦੋਂ ਪੁਲਿਸ ਨੇ ਆ ਕੇ ਰੋਕਿਆ ਤੇ ਉਹਨਾਂ ਦੇ ਵੀ? ਹਾਂ, ਬੱਟੇ ਚੱਲ ਰਹੇ ਥੇ ਪੂਰੇ, ਉਹਨਾਂ ਦੇ ਸਾਹਮਣੇ ਵੀ ਤੁਹਾਡੇ? ਹਾਂ ਹਾਂ, ਉਹਨਾਂ ਦੇ ਸਾਹਮਣੇ ਹੀ। ਪ੍ਰਸ਼ਾਸਨ ਨੂੰ ਕਿਸੇ ਨੂੰ ਫੜਿਆ, ਕਿਸੇ ਨੂੰ ਗ੍ਰਿਫਤਾਰ ਕੀਤਾ? ਫਿਰ ਦੂਸਰੀ ਔਰ ਪੁਲਿਸ ਆਈ, 2-3 ਲੋਕ ਔਰ ਆਏ ਹੈ, ਫਿਰ ਜਾ ਕੇ ਖੁਲਾਇਆ ਗਿਆ। ਕਿਹੜਾ ਥਾਣਾ ਲੱਗਦਾ? ਟਿੱਬਾ ਰੋਡ। ਤੇ ਉਹਨਾਂ ਨੇ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਇਸ ਮਾਮਲੇ ਦੇ ਵਿੱਚ? ਅਭੀ ਇੱਕ ਹੀ ਕੀਆ। ਇੱਕ ਹੀ ਕੀਆ? ਹਾਂ ਸਾਬੀਰ। ਕੀ ਕਾਰਵਾਈ ਚਾਹਤੇ ਹੋ? ਕਾਰਵਾਈ ਚਾਹਤੇ ਹੈ ਸਰ, ਇਨਕੋ ਜੋ ਹੈ ਕਾਰਵਾਈ ਇਹੀ ਚਾਹੀਏ ਕਿ ਇਨਕੋ ਅੰਡਰ ਕੀਆ ਜਾਏਗਾ। ਕੀ ਕੰਮ ਕੀ ਕਰਦੇ ਆ ਜਿਹੜੇ ਜਿਹਨਾਂ ਨੇ ਹਮਲਾ ਕੀਤਾ? ਕਿਹਨੇ? ਜਿਨ੍ਹਾਂ ਨੇ ਆਪੇ ਹਮਲਾ ਕੀਆ, ਕੰਮ ਕੀ ਕਰਦੇ ਆ? ਉਹ ਲੋਕ ਕੋਈ ਕੰਮ ਨਹੀਂ ਕਰਤੇ, ਆਵਾਰਾ ਗਰਦੀ ਕਰਤੇ, ਚਿੱਟਾ ਪੀਤੇ ਹੈ ਔਰ ਸ਼ਰਾਬ ਪੀਤੇ ਹੈ। ਅੱਛਾ ਜੀ ਹਾਂਜੀ। ਪਹਿਲੇ ਵੀ, ਇਸੇ ਪਹਿਲੇ ਵੀ ਕਦੀ ਹਮਲਾ ਹੁਆ ਆਪ ਲੋਗੋ ਸੇ ਕੇ ਸਾਥ? ਬਹੁਤ ਦੁਖੀ ਹੈ, ਪੂਰਾ ਮੁਹੱਲੇ, ਪੂਰੀ ਗਲੀ, ਪੂਰਾ ਮੁਹੱਲਾ ਦੁਖੀ ਹੈ ਸਰ। ਅੱਛਾ ਜੀ, ਕੋਈ CCTV ਆਈ ਹੈ? CCTV ਆਈ ਹੈ ਸਰ, ਕੈਮਰਾ ਲਗਾ ਹੁਆ। ਅੱਛਾ, ਕੈਮਰਾ ਆਪਕੇ ਲਗਾ ਹੁਆ? ਹਾਂਜੀ ਹਾਂਜੀ।
ਠੀਕ ਹੈ ਵੀਰੇ, ਕੀ ਨਾਂ ਤੁਹਾਡਾ? ਭਾਈ ਮੇਰਾ ਨਾਂ ਸੰਨੀ। ਵੀਰੇ ਤੁਸੀਂ ਨਾਮ ਦਾ ਕਲੋਨੀ ਚ ਰਹਿੰਦੇ ਹੋ ਇਹਨਾਂ ਦੇ ਗਵਾਂਢੀ ਹੋ? ਹਾਂਜੀ ਹਾਂਜੀ ਹਾਂਜੀ। ਚਾਰ ਘਰ ਸਾਡੇ ਮਾਮਲਾ ਹੋਇਆ, ਦੱਸੋਗੇ ਕੀ ਮਾਮਲਾ ਹੋਇਆ? ਭਾਜੀ ਗੱਲ ਕੁਛ ਨਹੀਂ, ਸਾਰੇ ਅੱਗ ਸੇਕਦੇ ਪਏ ਸੀਗੇ, ਖੜੇ ਆਏ ਨੂੰ ਆ ਗਾਲਾ ਕੱਢਣ ਲੱਗ ਗਿਆ, ਕਹਿੰਦਾ ਲਾਲੇ ਨੂੰ ਆ, ਮਤਲਬ ਆ ਅੰਕਲ ਦਾ ਨਾਂ ਲਾਲਾ ਹੀ ਆ। ਅੱਛਾ ਜੀ। ਤੇ ਇਹਨਾਂ ਦੀ ਲੇਬਰ ਲੂਬਰ ਕੰਮ ਕੁੰਮ ਕਰਦੀ ਹੋਣਾ, ਇਹਦਾ ਆਪਸ ਦਾ ਕੋਈ ਰੌਲਾ ਹੋਣਾ, ਤੇ ਉਸ ਤੋਂ ਬਾਅਦ ਆ ਕੇ ਇਹਨਾਂ ਨੂੰ ਗਾਲਾ ਕੱਢਣ ਲੱਗ ਗਿਆ। ਅੱਛਾ। ਗਾਲਾ ਕੱਢਣ ਦੀ ਇਹ ਕਿਹਾ, ਗਾਲਾ ਕਿਉਂ ਕੱਢਦਾ, ਵੀ ਇੱਥੇ ਘਰ ਆ ਕੇ ਆਪਣੇ ਘਰ ਨੂੰ ਜਾ। ਅੱਛਾ ਜੀ। ਤੇ ਉਹ ਉਧਰੋਂ ਜਾ ਕੇ ਫਿਰ ਤਬਾਹੀ ਕਰਨ ਲੱਗਿਆ, ਉਹਦੇ ਨਾਲ ਦੋ ਤਿੰਨ ਮੁੰਡੇ ਹੋਰ ਸੀ। ਠੀਕ ਹੈ। ਉਸ ਤੋਂ ਬਾਅਦ ਆ ਕੇ ਪੁਰਾਣ ਤੋਂ ਬਾਅਦ ਆ ਕੇ ਇੱਟਾਂ ਉੱਟ, ਜਦੋਂ ਹੱਥ ਪਾਈ ਹੋ ਗਈ, ਜਦੋਂ ਨਹੀਂ ਲੱਗਿਆ, ਜਦੋਂ ਸਾਰੇ ਮੁਹੱਲੇ ਵਾਲੇ ਇਕੱਠੇ ਹੋ ਗਏ, ਉੱਪਰ ਚੜ ਗਏ ਛੱਤ 'ਤੇ, ਸਾਰੇ ਦੁਕਾਨ ਕੇ ਇੱਟਾਂ ਉੱਟਾਂ ਚਲਾਉਣ ਲੱਗੇ। ਪਹਿਲਾਂ ਵੀ ਇੱਦਾਂ ਹੀ ਵਾਰਤ ਕਰਦੇ ਭਾਜੀ? ਇਹ ਰੋਜ਼ ਦਾ ਕੰਮ ਆ ਇੱਥੇ ਮੁਹੱਲੇ ਦੇ ਸਾਡੇ, ਇਹਨੇ ਇੱਦਾਂ ਕਰਨਾ, ਚਾਰ ਬੰਦੇ ਬੁਲਾ ਕੇ ਡਾਈ ਕਰਨੀ, ਉਸ ਤੋਂ ਬਾਅਦ ਲਿਆ ਕੇ ਮੁਹੱਲੇ ਨੂੰ ਗਾਲਾਂ ਕੱਢਣੀ ਆ, ਚੁੱਪ ਚਾਪ ਪੈ ਜਾਣਾ ਅੰਦਰ, ਇਹ ਜੀ ਗੱਲ ਕਰਦਾ ਗਾ। ਇਹ ਅੱਜ ਦਾ ਨਹੀਂ, ਕਈ ਵਾਰ ਦਾ ਕੰਮ ਆ। ਕੀ ਨਾਮ? ਪੂਰਾ ਮੁਹੱਲਾ ਆਖਿਆ ਹੋਇਆ, ਮੁਹੱਲਾ ਸਰ, ਪੂਰਾ ਮੁਹੱਲਾ ਆਖਿਆ ਇਹਦੇ ਬੰਦੇ ਨੂੰ। ਇਹਨੀ ਦਰਦੁਰ ਪੀਤੀ ਉਹਦੀ ਹੁੱਲੜਬਾਜ਼ੀ ਕਰਦੇ ਸੀ, ਗਲੀ ਵਾਲਿਆਂ ਦੇ ਇੱਟਾਂ ਰੋੜੇ ਮਾਰੇ ਆ, ਉੱਥੇ ਇਹਨਾਂ ਲੜਾਈ ਹੋਈ ਆ, ਜਿਹਦੇ ਸੰਬੰਧ 'ਚ ਇਹ ਜ਼ਖਮੀ ਹੋਏ ਆ, ਅਤੇ ਦੂਜੀ ਪਾਰਟੀ ਜਿਹੜੀ ਇਹਨਾਂ ਨੇ ਮਾਰੀ ਆ, ਉਹ ਵੀ ਜ਼ਖਮੀ ਆ, ਉਹ ਵੀ MLR ਕਟਾ ਕੇ ਗਏ ਆ, ਇਹ ਤੋਂ ਪਤਾ ਲੱਗਾ। ਬਾਕੀ ਜੋ ਕਾਰਵਾਈ ਬਣਦੀ ਆ ਉਸ ਦੇ ਹਿਸਾਬ ਨਾਲ ਕੀਤੀ ਜਾਊ। ਜਿਹੜੇ ਬੰਦੇ ਨੇ ਮਾਰ ਕੁਟਾਈ ਕੀਤੀ ਆ, ਨਸ਼ਾ ਨੁਸ਼ਾ ਕੀਤਾ ਕਿਸੇ ਚੀਜ਼ ਦਾ? ਡਾਕਟਰ ਨੂੰ ਦਰਖਾਸਤ ਲੈ ਕੇ ਪੇਸ਼ ਕੀਤੀ ਆ, ਉਹ ਮੈਡੀਕਲ ਕਰਨਗੇ, ਜੋ ਵੀ ਆਇਆ ਉਹਦੇ ਹਿਸਾਬ ਨਾਲ ਕਾਰਵਾਈ ਹੋਊਗੀ। ਕਿੰਨੇ ਕੁ ਬੰਦਿਆਂ ਦੇ ਸੱਟਾਂ ਲੱਗੀਆਂ ਜਿਹੜੀਆਂ? ਜਾਣੀ ਕਿ ਚਾਰ ਪੰਜ ਬੰਦਿਆਂ ਦੇ, ਉਹਨਾਂ ਦੇ ਦੱਸਣ ਮੁਤਾਬਕ ਲੱਗੀਆਂ, ਵੀ ਚਾਰ ਪੰਜ ਬੰਦਿਆਂ ਦੇ ਲੱਗੇ। ਬਾਕੀ ਹੋਰ ਵੀ ਇੱਟਾਂ ਰੋੜੇ ਕਾਫੀ ਗਲੀ 'ਚ ਖਿਲਰੇ ਪਏ, ਕਾਫੀ ਇੱਟਾਂ ਰੋੜੇ ਚਲਾ ਰਹੇ ਜਦੋਂ ਮੌਕੇ 'ਤੇ ਪਹੁੰਚੇ ਅਸੀਂ। ਠੀਕ ਹੈ ਜੀ। ਹਾਂਜੀ, ਬੰਦੇ ਕਾਫੀ ਜ਼ਖਮੀ ਹੋਏ ਆ, ਬਾਕੀ ਦੇਖਦੇ ਹਾਂ ਕਿੰਨੇ ਬੰਦੇ ਜ਼ਖਮੀ ਹੋਏ, ਕਿੰਨੀਆਂ ਔਰਤਾਂ। ਕਾਰਵਾਈ ਜੋ ਕਾਨੂੰਨ ਦੇ ਸਰ, ਕਾਰਵਾਈ ਬਣਦੀ ਆ, ਉਹ ਕੀਤੀ ਜਾਏਗੀ। ਠੀਕ ਹੈ ਸਰ, ਕੀ ਨਾਂ ਤੁਹਾਡਾ ਜੀ? ਮੇਰਾ ਨਾਂ ਐਸ ਏ ਕੁਲਵਿੰਦਰ ਸਿੰਘ, ਠਾਣਾ ਟਿੱਬਾ ਜੀ। ਠੀਕ ਹੈ।